ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸੰਗਤਾਂ ਦੇ ਨਾਲ 18 ਮਾਰਚ ਤੋਂ ਬਾਅਦ ਪਹਿਲੀ ਵਾਰ ਵਿਚਾਰਨ ਦੀ ਸਾਂਝ ਪਾ ਰਹੇ ਹਾਂ। ਸੋ ਜੋ ਕੁਛ 18 ਮਾਰਚ ਨੂੰ ਵਾਪਰਿਆ, ਪਹਿਲਾਂ ਤਾਂ ਥੋੜ੍ਹੀ ਜਿਹੀ ਗੱਲਬਾਤ ਉਹਦੇ ਬਾਰੇ ਕਰਨੀ ਹੈ। ਜੇ ਸਰਕਾਰ ਦੀ ਮਨਸ਼ਾ ਕੇਵਲ ਗ੍ਰਿਫਤਾਰੀ ਦੀ ਹੁੰਦੀ ਤਾਂ ਸਰਕਾਰ ਸਾਨੂੰ ਕਰਵਾ ਕੇ ਗ੍ਰਿਫਤਾਰ ਕਰਨ ਲਈ ਕਹਿੰਦੀ ਅਤੇ ਅਸੀਂ ਗ੍ਰਿਫਤਾਰੀ ਦੇ ਦਿੰਦੇ। ਪਰ ਸਰਕਾਰ ਨੇ ਜਿਹੜਾ ਰਵੱਈਆ ਅਪਣਾਇਆ, ਉਹਨਾਂ ਨੇ ਲੱਖਾਂ ਦੀ ਫੋਰਸ ਲਾ ਕੇ, ਘੇਰਾ ਪਾ ਕੇ ਜਿਹੜਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਉਸ ਘੇਰੇ 'ਚ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕਰਕੇ ਸਾਨੂੰ ਕੱਢਿਆ। ਸਾਨੂੰ ਉਸ ਮੌਕੇ ਤੱਕ ਇਹ ਲੱਗਦਾ ਸੀ ਵੀ ਸਰਕਾਰ ਸਾਨੂੰ ਮਾਲਵੇ 'ਚ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਜੋ ਅਸੀਂ ਵਹੀਰ ਨਾ ਸ਼ੁਰੂ ਕਰ ਸਕੀਏ। ਸਾਨੂੰ ਲੱਗਾ ਵੀ ਸਾਨੂੰ ਮਾਲਵੇ ਦੇ ਵਿੱਚ ਜਾਣਾ ਚਾਹੀਦਾ ਅਤੇ ਉੱਥੇ ਜਾ ਕੇ ਵਹੀਰ ਸ਼ੁਰੂ ਕਰਨੀ ਚਾਹੀਦੀ, ਉਸ ਲਈ ਸਾਨੂੰ ਉੱਥੇ ਪਹੁੰਚਣ ਲਈ ਕਿਸੇ ਵੀ ਤਰੀਕੇ ਦੀ ਵਰਤੋਂ ਕਰਨੀ ਪੈ ਸਕਦੀ ਹੈ। ਸੋ ਜਦੋਂ ਇੰਟਰਨੈਟ ਬੰਦ ਹੋ ਗਿਆ, ਸਾਡਾ ਕਿਸੇ ਨਾਲ ਸੰਪਰਕ ਨਾ ਰਿਹਾ, ਸਾਨੂੰ ਪਹਿਲਾਂ ਤਾਂ ਖਬਰਾਂ ਦਾ ਨਹੀਂ ਪਤਾ ਲੱਗਾ ਕਿੰਨੇ ਸਮੇਂ ਵੀ ਕੀ ਵਾਪਰ ਰਿਹਾ। ਸੋ ਮੈਨੂੰ ਅੱਜ ਜਦੋਂ ਮੈਂ ਸੰਗਤਾਂ ਦੇ ਸੰਬੋਧਨ ਕਰ ਰਿਹਾ, ਉਸ ਤੋਂ ਲੈ ਕੇ ਹੁਣ ਮੈਂ ਕੁਛ ਖਬਰਾਂ ਦੇਖੀਆਂ ਨੇ, ਮੈਂ ਸਮਝਿਆ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ। ਜੋ ਜ਼ੁਲਮ ਦੀ ਹੱਦ ਪੰਜਾਬ ਦੀ ਸਰਕਾਰ ਨੇ ਟੱਪੀ ਹੈ, ਜਿਵੇਂ ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਦੋਸ਼ੀ ਬਣਾ ਕੇ ਜੇਲ੍ਹਾਂ 'ਚ ਸੁੱਟਿਆ, ਜਿਵੇਂ ਉਹਨਾਂ ਨੇ ਔਰਤਾਂ, ਬੀਬੀਆਂ, ਬੱਚਿਆਂ ਕਿਸੇ ਨੂੰ ਨਹੀਂ ਬਖਸ਼ਿਆ, ਉਹਨਾਂ ਨੇ ਅਪਾਹਜ ਨੌਜਵਾਨਾਂ ਨੂੰ ਜਿਹੜਾ ਹੈ ਉਹ ਦੋਸ਼ੀ ਬਣਾ ਕੇ ਜੇਲ੍ਹਾਂ 'ਚ ਸੁੱਟ ਦਿੱਤਾ ਹੈ। ਇਹ ਉਹੀ ਕੰਮ ਹੈ ਜਿਹੜਾ ਕਿਸੇ ਸਮੇਂ ਬੇਨਤੀ ਦੀ ਸਰਕਾਰ ਨੇ ਪੰਜਾਬ ਦੇ ਸਿੱਖਾਂ ਨਾਲ ਕੀਤਾ ਸੀ। ਸੋ ਦੁਨੀਆ ਭਰ ਦੇ ਵਿੱਚ ਰੋਸ ਮੁਜ਼ਾਹਰੇ ਹੋਏ। ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਗ੍ਰਿਫਤਾਰੀ, ਉਹਨਾਂ ਨੂੰ ਲੱਗਾ ਸੀ ਗ੍ਰਿਫਤਾਰੀ ਹੋ ਗਈ ਹੈ, ਜਾਂ ਕਿਸੇ ਵੀ ਸੰਬੰਧ ਦੇ ਵਿੱਚ ਉਹਨਾਂ ਨੇ ਰੋਸ ਮੁਜ਼ਾਹਰੇ ਕੀਤੇ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੋਰਚੇ ਲਾਏ, ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਪਰ ਸਾਡੇ ਹਾਲਾਤਾਂ ਲਈ ਇਹ ਸਮਝਣ ਦੀ ਸਾਨੂੰ ਜ਼ਰੂਰਤ ਹੈ ਵੀ ਇਹ ਇਕੱਲੀ ਮੇਰੀ ਗ੍ਰਿਫਤਾਰੀ ਦਾ ਮਸਲਾ ਨਹੀਂ, ਇਹ ਮਸਲਾ ਸਿੱਖ ਕੌਮ 'ਤੇ ਹਮਲੇ ਦਾ ਹੈ। ਮੈਨੂੰ ਗ੍ਰਿਫਤਾਰੀ ਦੇਣ ਤੋਂ ਨਾ ਪਹਿਲਾਂ ਡਰ ਲੱਗਦਾ ਸੀ, ਨਾ ਅੱਜ ਲੱਗਦਾ। ਸੋ ਇਸ ਕਰਕੇ ਮੈਂ ਸੰਗਤਾਂ ਨੂੰ ਅਪੀਲ ਕਰਦਾ, ਜਿਹੜੀ ਜਥੇਦਾਰ ਸਾਹਿਬ ਨੇ ਇੱਕ ਮੁਲਾਕਾਤ ਸੱਦੀ ਸੀ, ਉਹ 'ਚ ਇੱਕ ਫੈਸਲਾ ਹੋਇਆ। ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਜਿਹੜਾ ਸੀ ਜਥੇਦਾਰ ਸਾਹਿਬ ਨੇ ਦਿੱਤਾ, ਪਰ ਸਰਕਾਰ ਨੇ ਅੱਗੋਂ ਅਕਾਲ ਤਖਤ ਸਾਹਿਬ ਦੀ ਹੋਂਦ ਹਸਤੀ ਨੂੰ ਜਿਹੜਾ ਉਹ ਚੈਲੰਜ ਕਰਦਿਆਂ ਇੱਕ ਟਿੱਚਰ ਕੀਤੀ ਹੈ ਜਿਹੜੀ ਬਹੁਤ ਹੀ ਨੀਵੇਂ ਪੱਧਰ ਦੀ ਹੈ। ਸੋ ਮੈਨੂੰ ਐਂ ਲੱਗਦਾ ਵੀ ਜਥੇਦਾਰ ਸਾਹਿਬ ਨੂੰ ਹੁਣ ਇਸ ਮਸਲੇ ਦੇ ਉੱਤੇ ਬਹੁਤ ਸਖ਼ਤ ਸਟੈਂਡ ਲੈਣਾ ਚਾਹੀਦਾ। ਜਥੇਦਾਰ ਸਾਹਿਬ ਨੂੰ ਚਾਹੀਦਾ ਵੀ ਵਿਸਾਖੀ ਦੇ, ਦਮਦਮਾ ਸਾਹਿਬ ਦੇ ਵਿਸਾਖੀ ਦੇ ਮੇਲੇ ਦੇ ਉੱਤੇ ਸਰਬੱਤ ਖਾਲਸਾ ਸੱਦਿਆ ਜਾਵੇ। ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਜਿੱਥੇ ਵੀ ਸਿੰਘ ਸੰਗਤਾਂ ਬੈਠੀਆਂ ਨੇ, ਉਹ ਵੱਧ ਚੜ੍ਹ ਕੇ ਸਰਬੱਤ ਖਾਲਸਾ ਜਿਹੜਾ ਵਿਸਾਖੀ 'ਤੇ ਹੋਵੇ, ਉਹਦੇ 'ਚ ਹਿੱਸਾ ਪਾਉਣ ਅਤੇ ਉੱਥੇ ਸਾਡੇ ਕੌਮ ਦੇ ਮਸਲਿਆਂ ਦੀ ਗੱਲਬਾਤ ਹੋਵੇ। ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਡੀ ਜਿਹੜੀ ਕੌਮ ਹੈ ਉਹ ਵੱਖ ਵੱਖ ਮਸਲਿਆਂ 'ਤੇ ਛੋਟੇ ਮੋਟੇ ਮੋਰਚੇ ਲਾ ਕੇ ਉਲਝ ਰਹੀ ਹੈ। ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ, ਜੇ ਫੜੋ ਫੜਾਈ ਕੀਤੀ ਗਏ ਨੌਜਵਾਨ ਅਸੀਂ ਛਡਾਉਣੇ ਆ ਮੇਲੇ ਦੇ ਉੱਤੇ, ਸਰਬੱਤ ਖਾਲਸਾ ਸੱਦਿਆ ਜਾਵੇ। ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਜਿੱਥੇ ਵੀ ਸਿੰਘ ਸੰਗਤਾਂ ਬੈਠੀਆਂ ਨੇ, ਉਹ ਵੱਧ ਚੜ੍ਹ ਕੇ ਸਰਬੱਤ ਖਾਲਸਾ ਜਿਹੜਾ ਵਿਸਾਖੀ 'ਤੇ ਹੋਵੇ, ਉਹਦੇ 'ਚ ਹਿੱਸਾ ਪਾਉਣ ਅਤੇ ਉੱਥੇ ਸਾਡੇ ਕੌਮ ਦੇ ਮਸਲਿਆਂ ਦੀ ਗੱਲਬਾਤ ਹੋਵੇ। ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਡੀ ਜਿਹੜੀ ਕੌਮ ਹੈ ਉਹ ਵੱਖ ਵੱਖ ਮਸਲਿਆਂ 'ਤੇ ਛੋਟੇ ਮੋਟੇ ਮੋਰਚੇ ਲਾ ਕੇ ਉਲਝ ਰਹੀ ਹੈ। ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ, ਜੇ ਫੜੋ ਫੜਾਈ ਕੀਤੀ ਗਏ ਨੌਜਵਾਨ ਅਸੀਂ ਛਡਾਉਣੇ ਆ, ਜਿਹੜਾ ਹਕੂਮਤ ਨੇ ਧੱਕਾ ਕੀਤਾ ਪ੍ਰਧਾਨ ਮੰਤਰੀ ਬਾਜੇ ਵਰਗੇ ਸਧਾਰਨ ਸਿੱਖਾਂ ਦੇ ਉੱਤੇ, ਕਿਉਂਕਿ ਉਹਨੇ ਖੰਡੇ ਬਾਟੇ ਦੀ ਪੌਲ ਛਕੀ ਸਿਰਫ ਇਸ ਕਰਕੇ ਉਹਨੂੰ NSA ਲਾ ਕੇ ਅਸਾਮ ਭੇਜਿਆ, ਮੇਰੇ ਹੋਰ ਸੰਗੀਆਂ ਸਾਥੀਆਂ ਨੂੰ ਅਸਾਮ ਭੇਜਿਆ ਗਿਆ, ਹੋਰਨਾਂ ਨੂੰ ਫੜ ਕੇ ਜੇਲ੍ਹਾਂ 'ਚ ਤੁੰਨਿਆ ਗਿਆ। ਸੋ ਇਸ ਕਰਕੇ ਇਸ ਦਾ ਜ਼ੁਲਮ ਹੈ, ਇਹ ਸਾਨੂੰ ਪਤਾ ਤਾਂ ਹੈ ਵੀ ਜਿਸ ਮਾਰਗ 'ਤੇ ਅਸੀਂ ਤੁਰੇ ਹਾਂ ਉੱਥੇ ਸਾਰਾ ਕੁਝ ਸਾਨੂੰ ਸਹਿਣਾ ਪੈਣਾ, ਪਰ ਇਹਦੇ ਖਿਲਾਫ਼ ਆਵਾਜ਼ ਚੁੱਕਣੀ ਸਾਡਾ ਕੌਮੀ ਫਰਜ਼ ਹੈ। ਸੋ ਮੈਂ ਸਾਰੀ ਸਿੱਖ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦਿਆਂ ਨੂੰ ਅਪੀਲ ਕਰਦਾ ਵੀ ਜਿਹੜਾ ਸਰਬੱਤ ਖਾਲਸਾ ਵਿਸਾਖੀ 'ਤੇ ਹੋਣਾ ਚਾਹੀਦਾ, ਜਥੇਦਾਰ ਸਾਹਿਬ ਇਸ 'ਤੇ ਗੌਰ ਕਰਨ। ਕਿਉਂਕਿ ਜਿਹੜੇ ਆਪਾਂ ਜਥੇਦਾਰ ਸਾਹਿਬ ਨੇ ਕਿਹਾ ਕਿ ਆਪਾਂ ਵਹੀਰਾਂ ਕੱਢਾਂਗੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ, ਮੇਰੀ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਵੀ ਲੋਕ ਬਹੁਤ ਜਾਗਰੂਕ ਨੇ, ਲੋਕਾਂ ਦੇ ਮਨ 'ਚ ਜਿਹੜਾ ਹਕੂਮਤ ਨੇ ਪੈ ਖੜਾ ਕੀਤਾ, ਇਹਨੂੰ ਤੋੜਨ ਵਾਸਤੇ ਜ਼ਰੂਰੀ ਹੈ ਕਿ ਜਥੇਦਾਰ ਸਾਹਿਬ ਅੱਗੇ ਆ ਕੇ ਆਪ ਇਸ ਸਾਰੇ ਕਾਸੇ ਦੀ ਅਗਵਾਈ ਕਰਨ, ਹੋਰਨਾਂ ਸਮੂਹ ਸਿੱਖ ਜਥੇਬੰਦੀਆਂ, ਚਾਹੇ ਉਹ ਦਲ ਪੰਥ ਹੋਣ, ਸੰਪਰਦਾਵਾਂ ਹੋਣ, ਟਕਸਾਲਾਂ ਹੋਣ, ਜਿਹੜੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਨੂੰ ਮੇਰੀ ਅਪੀਲ ਹੈ ਵੀ ਉਹ ਵੀ ਇਹ ਸਰਬੱਤ ਖਾਲਸੇ 'ਚ ਵੱਧ ਚੜ੍ਹ ਕੇ ਹਿੱਸਾ ਪਾਉਣ। ਇਹ ਸਰਬੱਤ ਖਾਲਸਾ ਉਹੋ ਜਿਹਾ ਸਰਬੱਤ ਖਾਲਸਾ ਹੋਣਾ ਚਾਹੀਦਾ ਹੈ ਜਿੱਥੇ ਇੱਕ ਸਮੇਂ ਅਬਦਾਲੀ ਨੇ ਵੱਡਾ ਘੱਲੂਘਾਰਾ ਕੀਤਾ ਸੀ ਅਤੇ ਉਹ ਤੋਂ ਬਾਅਦ 'ਚ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ 'ਤੇ ਹੋਇਆ ਸੀ। ਉੱਥੇ ਦਰਬਾਰ ਸਾਹਿਬ ਕੋਈ ਸਿੱਖ ਐਸਾ ਨਹੀਂ ਸੀ ਜਿਹੜਾ ਘਰਾਂ 'ਚ ਰਹਿ ਗਿਆ ਹੋਵੇ, ਜਿਹੜੇ ਤੁਰ ਨਹੀਂ ਸੀ ਸਕਦੇ ਉਹ ਵੀ ਰੇੜ੍ਹ ਦੇ ਉੱਥੇ ਪਹੁੰਚੇ ਸੀ। ਸੋ ਮੇਰੀ ਸੰਗਤਾਂ ਨੂੰ ਇਹ ਅਪੀਲ ਹੈ ਵੀ ਜੇ ਆਪਾਂ ਪੰਜਾਬ ਦੀ ਜਵਾਨੀ ਬਚਾਉਣੀ ਹੈ, ਜੇ ਆਪਾਂ ਪੰਜਾਬ ਨੂੰ ਬਚਾਉਣਾ, ਤੇ ਆਓ ਇਸ ਸਰਬੱਤ ਖਾਲਸੇ ਦਾ ਜਿਹੜਾ ਹਿੱਸਾ ਬਣੀਏ ਤੇ ਉੱਥੇ ਆਪਣੇ ਕੌਮੀ ਹੱਕ ਜਿਹੜੇ ਆ ਉਹ ਲਈਏ। ਬਾਕੀ ਜਿਹੜੀ ਗ੍ਰਿਫਤਾਰੀ ਦੀ ਗੱਲ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਹੈ, ਮੈਂ ਚੜ੍ਹਦੀ ਕਲਾਂ 'ਚ ਹਾਂ, ਕੋਈ ਮੇਰਾ ਵਾਰਨਿੰਗਾ ਨਹੀਂ ਕਰ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਿਖੜੇ ਬੈਂਡੇ 'ਤੇ ਤੋਰਿਆ, ਪ੍ਰੀਖਿਆ ਲਈ ਹੈ,
पर उस मालिक ने जो जी प्रीतम ने बहुत साथ दिता है, ऐसा उन्हें मेहर कृपा की है कि जिड़ी बयान तो बहर है एडे वे घेरे तो निकल जाना, यह बड़ी वीडी दयानदारी ही सतगुरु सच्चे पातशाह की। सो मैं संगत धनवाद भी करदा तो अपील करदा भी हूँ कमर कसे कर लो, जे अज असी घर लोग के बैठ गए, जे अज असी घर मन के भय पैदा कर लिया तो भविख के जी नस्ल है वह सू कभी माफ नहीं करनगियां। सो इन बेनती है, मैं खिमा का जा चुका, बहुत देरी संगत संपर्क होया, जे चिंता च सन उन्होंने भी राहत मिली होगी कि मैं चढ़ती कला चा होर भी सिख चढ़ती कला च ने। सो इन बेनती ने खिमा का जा चुका जी। वाहिगुरु जी का खालसा, वाहिगुरु जी की फतेह।